ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ। ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ। ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ। ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ। ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ। ਹਰ ਬੱਚੇ ਦੇ, ਹਰ ਬਜ਼ੁਰਗ ਦੇ, ਹਰ ਮਾਤਾ ਦੇ ਦਿਲ 'ਚ ਅਕਾਲੀ ਦਲ ਹੈ। ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ। ਆ ਦਿਲੋਂ ਨਿਕਲ ਰਹੀਆਂ ਗੱਲਾਂ, ਦਿਲੋਂ ਨਿਕਲ ਰਹੀਆਂ ਲੋਕਾਂ ਦੇ ਦਿਲਾਂ 'ਚ ਨਿਕਲ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ, ਲੋਕਾਂ ਵਿੱਚ ਗੁੱਸਾ ਹੈ। ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ, ਅਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਕੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਜੀ, ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋਇਆ ਸੁਪਰੀਮ ਕੋਰਟ ਜਾ ਰਿਹਾ, ਕੀ ਲੱਗਦਾ ਸਰ ਕਿ ਰਾਹਤ? ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ।